गोश में सर हो ये जरूरी तो नहीं। कुछ ऐसे लोग भी हैं जो अक्सर याद आते हैं, कुछ ऐसे लोग भी हैं जो अक्सर याद आते हैं। सबकी महसूस हो कमी ये जरूरी तो नहीं। आज सानू उस बड़े फनकार दी, दुनिया के महान कलाकार दी, दुनिया के महान गीतकार दी कमी महसूस है। तुम सारे अपनी श्रद्धा सत्कार दे फुल पेट करने आए हो। ਤੁਹਾਡਾ ਸਾਰਿਆਂ ਦਾ ਸੁਰਿੰਦਰ ਸ਼ਿੰਦਾ ਜੀ ਵੱਲੋਂ, ਉਸਤਾਦ ਕਲਾਕਾਰ ਵੱਲੋਂ, ਚਮਕੀਲਾ ਦੇ ਸਾਰੇ ਪਰਿਵਾਰ ਵੱਲੋਂ, ਅਮਨਜੀਤ ਹੋਣੇ ਸਾਰੇ ਪ੍ਰਬੰਧਕਾਂ ਵੱਲੋਂ, ਸਾਰੇ ਕਲਾਕਾਰਾਂ ਨੂੰ ਬਹੁਤ ਬਹੁਤ ਸਵਾਗਤ। ਇੱਕ ਵਾਰੀ ਬਾਈ ਦੇ ਨਾਂ ਦੀਆਂ ਤਾੜੀਆਂ ਮਾਰ ਦਿਓ। ਗੱਲ ਇੱਦਾਂ ਵੀ ਬਾਈ ਜੀ ਬੜਾ ਖੁਸ਼ ਤਬੀਅਤ ਦਾ ਇਨਸਾਨ ਸੀ, ਬੜਾ ਮਹਾਨ ਕਲਾਕਾਰ ਸੀ, ਪਰ ਜਦੋਂ ਸ਼ੁਰੂ ਕਰਦਾ ਸੀ ਬਹੁਤ ਬਹੁਤ ਸ਼ੁਕਰੀਆ ਫੌਜੀ ਸਾਹਿਬ, ਫੌਜੀ ਸਾਹਿਬ ਮੈਨੂੰ ਹੁਣ ਆਪਦੀ ਲੜਾਈ ਲੜ ਲੈਣ ਦਿਓ, ਤੁਹਾਡਾ ਫਰੰਟ ਪਰੇ ਚੱਲ ਦੋ ਮਿੰਟ ਦੇਖ ਲਓ। ਗੱਲ ਇੱਦਾਂ ਵੀ ਮੇਰੇ ਤੋਂ ਪਹਿਲਾਂ ਮੇਰਾ ਬਹੁਤ ਹੀ ਸਤਿਕਾਰਯੋਗ ਪੰਜਾਬ ਦਾ ਬਹੁਤ ਪਿਆਰਾ ਕਲਾਕਾਰ ਪਾਲੀ ਜੇਤਵਾਲੀਆ ਸਾਹਿਬ ਗਾ ਕੇ ਗਿਆ। ਸ਼ਿੰਦਾ ਜੀ ਕਹਿੰਦੇ ਹੁਣ ਜਦੋਂ ਸਟੇਜ ਦਾ ਮਾਹੌਲ ਉੱਦਾਂ ਸ਼ੁਰੂ ਹੋਣਾ ਚਾਹੀਦਾ, ਉਹ ਹੁਣ ਧੀਆਂ ਭੈਣਾਂ ਦੇ ਗੀਤਕਾਰ ਸਾਫ਼ ਸੁਥਰੇ ਗੀਤ ਗਾ ਕੇ ਸ਼ੁਰੂ ਕਰ ਗਿਆ। ਮੈਂ ਕਦੀ ਥੋੜ੍ਹੇ ਬਹੁਤੇ ਲਿਬੜੇ ਤਿਬੜੇ ਵੀ ਗਾ ਲੈਂਦਾ, ਇਸ ਕਰਕੇ ਥੋੜ੍ਹਾ ਫਰਕ ਪੈ ਜਾਂਦਾ। ਪਰ ਮੈਂ ਮੇਰੇ ਪੂਰੇ ਸਾਡੇ ਬਹੁਤ ਵਧੀਆ ਕਲਾਕਾਰ ਸੋਨੂ ਵਿਰਕ ਜੀ, ਸੁੱਖ ਚਮਕੀਲਾ ਜੀ, ਸੋਨੀ ਜੀ, ਬਿੱਟੂ ਖੰਨੇਵਾਲਾ, ਰਣਜੀਤ ਮਣੀ ਸਾਹਿਬ, ਇਹ ਵੀ ਸ਼ਿੰਦਾ ਜੀ ਦੇ ਖਾਨਦਾਨ ਗਾਹਾਂ 'ਚ, ਉਹਨਾਂ ਦਾ ਪੋਤਾ ਕਲਾਕਾਰ ਆ। ਇਹ ਤੇਰਾ ਦੱਸਦਾ, ਤੂੰ ਤਾਂ ਮੇਰੇ ਨਾਲ ਗੋਰਾ ਵਾ, ਸੁਣਿਆ ਤੇਰਾ ਲਾਉਂ ਨਾ ਮੈਂ, ਕਾਹਲੀ ਨਾ ਕਰ, ਕਾਹਲੀ ਨਾ ਕਰ, ਮੈਂ ਇਸੇ ਕੰਮ ਵਾਲਾ ਹੀ ਹਾਂ। ਸਭ ਤੋਂ ਵਧੀਆ ਵੀ ਮੋਹਾਲਮੀ ਸਾਹਿਬ ਕਰਮ ਸਿੰਘ ਮੋਹਾਲਮੀ, ਜਿਨ੍ਹਾਂ ਦੇ ਗੀਤ ਚਮਕੀਲਾ ਜਿਨ ਗਾਇਆ, ਤਾਰਿਆਂ ਦੀ ਲੋਏ ਲੋਏ, ਹੋਰ ਬਹੁਤ ਸਾਰੇ ਗੀਤ ਸਾਤੋਂ, ਇੱਕ ਇੱਕ ਗੀਤ 'ਚ ਇਹਨਾਂ ਦਾ ਕੰਧਾਂ ਤਵੀ ਦਾ ਰੰਗ ਲਾਲ ਦੇਖ ਕੇ ਉਹ ਗੀਤ ਗਾਇਆ। ਇੱਕ ਅਨੰਦਪੁਰ ਵਰਗੀ ਥਾਂ ਮਿਲ ਜਾਏ, ਹੁਣ ਧਾਰਮਿਕ ਗੀਤ ਕਰ ਰਿਹਾ, ਉਹ ਵੀ ਬੈਠੇ ਨੇ, ਬਹੁਤ ਬਹੁਤ ਸਤਿਕਾਰ। ਮੈਂ ਕਿਉਂਕਿ ਪਾਲੀ ਦਾ ਮਿੱਤਰ ਬਣਿਆ ਵਾ, ਇੱਕ ਦਿਨ ਮੈਂ ਸਦੀਕ ਸਾਹਿਬ ਨੂੰ ਗੀਤ ਸੁਣਾਤਾ ਜਿਹੜਾ ਮੈਂ ਹੁਣੇ ਰਿਕਾਰਡ ਕਰਾਇਆ, ਮੈਨੂੰ ਕਹਿੰਦੇ ਤੇਰੇ 'ਤੇ ਪਾਲੀ ਦਾ ਰੰਗ ਚੜਿਆ। ਮੈਂ ਕਿਹਾ ਰੰਗ ਤਾਂ ਤੁਹਾਡੇ ਵਾਲਾ ਚੜਿਆ ਹੋਇਆ, ਪਰ ਗਾਉਣ ਪਾਲੀ ਵਾਂਗੂ ਲੱਗਦਾ ਮੈਂ। ਇਹ ਗੀਤ ਸਾਡੀਆਂ ਭੈਣਾਂ ਵਾਸਤੇ, ਉਸ ਤੋਂ ਬਾਅਦ ਅਗਲਾ। ਹਾਂਜੀ ਅਜਾਜ਼ਾ ਜੀ, ਤੁਹਾਡਾ ਇੰਨਾ ਨਾਲ ਤਾਂ ਚੜ੍ਹ ਨਹੀਂ ਸਕਦਾ, ਇਹ ਤਾਂ ਕਾਲੇ ਜੱਟ ਬੁਲਾ ਗਿਆ। ਕੱਲੀ ਬਾਗ ਵਿੱਚ ਹੱਸਦੀਆਂ, ਵੀਰਾ ਸਾਡਾ ਦੋਸਤ ਬਹੁਤ ਸਾਰਾ ਨਾਮ ਦੇ ਗਿਆ, ਸ਼ੁਕਰੀਆ। ਕੱਲੀ ਬਾਗ ਵਿੱਚ ਹੱਸਦੀਆਂ, ਕੱਲੀ ਬਾਗ ਵਿੱਚ ਹੱਸਦੀਆਂ, ਭਾਗਾਂ ਵਾਲਾ ਬਾਪ ਜੱਗ ਤੇ, ਪਾਗਾਂ ਵਾਲਾ ਬਾਪ ਜੱਗ ਤੇ, ਸੁਖੀ ਧੀ ਜਿਹਦੀ ਵੱਸਦੀ ਆ, ਸੁਖੀ ਧੀ ਜਿਹਦੀ ਵੱਸਦੀ ਆ, ਓ ਸੁਖੀ ਧੀ ਜਿਹਦੀ ਵੱਸਦੀ ਆ। ਸਾਡੇ ਭੈਣ ਜੀ ਗੁਲਸ਼ਨ ਕੌਰ ਜੀ ਤਸ਼ਰੀਫ ਲਿਆਏ ਨੇ, ਚਮਕ ਚਮਕੀਲਾ ਜੀ, ਬਹੁਤ ਬਹੁਤ ਸ਼ੁਕਰੀਆ।
ਬਾਬਾ ਸ਼ਿਵਰੀ ਕੱਲੀ ਬਾਗ ਵਿੱਚ ਹੱਸਦੀਆਂ, ਕੱਲੀ ਬਾਗ ਵਿੱਚ ਹੱਸਦੀਆਂ, ਬਾਗਾਂ ਵਾਲਾ ਬਾਪ ਜੱਗ ਤੇ, ਬਾਗਾਂ ਵਾਲਾ ਬਾਪ ਜੱਗ ਤੇ, ਸੁਖੀ ਧੀ ਜਿਹਦੀ ਵੱਸਦੀਆ, ਓ ਸੁਖੀ ਧੀ ਜਿਹਦੀ ਵੱਸਦੀਆ, ਸੁਖੀ ਧੀ ਜਿਹਦੀ ਵੱਸਦੀਆ। ਮੌਜਾਂ ਪੇਕਿਆਂ ਦੇ ਮਾਣ ਲਈਆਂ, ਫੌਜੀ ਸਾਹਿਬ ਬਹੁਤ ਵਧੀਆ ਕਲਾਕਾਰ ਨੇ, ਸਾਰੇ ਫੌਜੀ ਆਏ ਆ, ਹੋਰ ਡਿਪਾਰਟਮੈਂਟ ਕੋਈ ਨਹੀਂ ਆ। ਗਰਮੇਲ ਸਾਡਾ ਪਿਆਰਾ ਦੋਸਤ ਹੈ, ਬਾਬਾ ਸ਼ੁਕਰੀਆ, ਬੜੀ ਮਿਹਰਬਾਨੀ। ਮੌਜਾਂ ਪੇਕਿਆਂ ਦੇ ਮਾਣ ਲਈਆਂ, ਮੌਜਾਂ ਪੇਕਿਆਂ ਦੇ ਮਾਣ ਲਈਆਂ, ਸਹੁਰਿਆਂ ਦੇ ਪਿੰਡ ਆਣ ਕੇ, ਸਹੁਰਿਆਂ ਦੇ ਪਿੰਡ ਆਣ ਕੇ, ਜ਼ਿੰਮੇਵਾਰੀਆਂ ਨੇ ਆਣ ਪਈਆਂ, ਓ ਜ਼ਿੰਮੇਵਾਰੀਆਂ ਨੇ ਆਣ ਪਈਆਂ, ਜ਼ਿੰਮੇਵਾਰੀਆਂ ਨੇ ਆਣ ਪਈਆਂ। ਸ਼ਿੰਦਾ ਜੀ, ਕਿਉਂਕਿ ਸਾਡੇ ਕਾਮਯਾਬੀ ਕਲਾਕਾਰੀ 'ਚ ਪਾਉਣ 'ਚ ਮੇਰੇ ਪਾਲੀ 'ਚ ਸਿੰਦਰ ਸ਼ਿੰਦਾ ਜੀ ਦਾ ਬਹੁਤ ਵੱਡਾ ਹੱਥ ਆ, ਕਿਉਂਕਿ ਇਹਨਾਂ ਨੇ ਸਾਡੀ ਇਨੀਸ਼ੀਅਲ ਸਟੇਜ 'ਤੇ ਸਾਡੇ ਗੀਤ ਰਿਕਾਰਡ ਕਰਾਏ ਜਿਹੜੇ ਸੁਪਰ ਡੁਪਰ ਹਿੱਟ ਹੋਏ, ਸਾਡੀ ਪਹਿਚਾਣ ਬਣੀ। ਅਸੀਂ ਇਹਨਾਂ ਦੇ ਬਹੁਤ ਸ਼ੁਕਰਗੁਜ਼ਾਰ ਹਾਂ। ਕੋਈ ਸ਼ਿੰਦਾ ਜੀ ਨੂੰ ਤਾੜੀਆਂ ਮਾਰ ਦਿਉ। ਮੈਂ ਜਿਹੜੇ ਹੁਣ ਅੰਤਰਾ ਲਿਖਿਆ ਉਹ ਸੁਣਨਾ ਜਰਾ। ਸਾਡੇ ਪੰਜਾਬ ਦੇ ਬਿਹਤਰੀਨ ਕਲਾਕਾਰ ਗੀਤਕਾਰ ਕਰਮ ਸਿੰਘ ਮਹੌਲਵੀ ਸਾਹਿਬ, ਜਿਨ੍ਹਾਂ ਦੇ ਬਹੁਤ ਸਾਰੇ ਗੀਤ ਬਾਈ ਚਮਕੀਲੇ ਨੇ ਲਿਖੇ ਗਾਏ, ਉਹ ਬਹੁਤ ਸਾਰਾ ਪਿਆਰ ਦੇ ਕਹਿੰਦੇ ਸ਼ੁਕਰੀਆ। ਦਰਸ਼ਨ ਬਰਸਾਲਾ ਵਾਲਾ ਦਲੇਰ ਪੰਜਾਬੀ, ਦਰਸ਼ਨ ਦੇ ਗੀਤ ਵੀ ਸ਼ਿੰਦਾ ਜੀ ਨੇ ਬਹੁਤ ਕਰਵਾਏ ਨੇ। ਦਰਸ਼ਨ ਤੇਰੇ ਵੱਲੋਂ ਵੀ ਸ਼ੁਕਰੀਆ ਅਦਾ ਕਰਦਾ, ਤੇਰੇ ਵੱਲੋਂ ਵੀ ਕਰ ਦਿੱਤਾ। ਮੇਰਾ ਛੋਟਾ ਵੀਰ ਬਲਵਿੰਦਰ ਸਿੰਘ ਪਰਮਾਰ ਸਾਹਿਬ ਇੰਸਪੈਕਟਰ ਸਾਹਿਬ ਤਸ਼ਰੀਫ ਲਿਆਏ ਨੇ, ਭਾਵੇਂ ਵਰਦੀ ਪਾਈ ਹੈ, ਕਲਾਕਾਰ ਬਹੁਤ ਵੱਡੇ ਨੇ। ਬਲਵਿੰਦਰ ਜੀ, ਤੁਹਾਡਾ ਆਉਣ 'ਤੇ ਬਹੁਤ ਬਹੁਤ ਸਵਾਗਤ, ਸਾਰੀ ਪਹਿਲਾਂ ਬਹੁਤ ਬਹੁਤ।
ਕਿਸੇ ਗੱਲ ਨੂੰ ਮੈਂ ਨਾ ਨਾ ਕਮਾ ਹੋ ਕਿਸੇ ਗੱਲ ਨੂੰ ਮੈਂ ਨਾ ਨਾ ਕਮਾ ਕਿਸੇ ਗੱਲ ਨੂੰ ਮੈਂ ਨਾ ਨਾ ਕਮਾ ਜੇ ਤੂੰ ਸੱਸੇ ਮਾਂ ਬਣ ਜੇ ਤੂੰ ਸੱਸੇ ਮਾਂ ਬਣ ਜੇ ਮੈਂ ਕਦੇ ਪੇਕਿਆਂ ਦਾ ਨਾ ਨਾ ਲਵਾ ਨੀ ਕਦੇ ਪੇਕਿਆਂ ਦਾ ਨਾ ਨਾ ਲਵਾ ਕਦੇ ਪੇਕਿਆਂ ਦਾ ਨਾ ਨਾ ਲਵਾ ਸੁਰਿੰਦਰ ਜੀ ਜਿੰਨੇ ਪੁਰਾਣੇ ਰਿਕਾਰਡ ਨੇ ਇਹਨਾਂ ਦੇ ਕਿਸੇ ਵੀ ਕਲਾਕਾਰ ਸਾਂਭੇ ਨੇ ਸੁਰਿੰਦਰ ਦੇ ਬਹੁਤ ਸ਼ੁਕਰੀਆ ਬਹੁਤ ਮਿਹਰਬਾਨੀ ਮਾਸਟਰ ਕੇਵਲ ਬਾਂਗ ਜੀ ਚਮਕੀਲਾ ਭਾਈ ਦੇ ਬਹੁਤ ਦੋਸਤ ਸੀ ਬਹੁਤ ਵਧੀਆ ਬਹੁਤ ਵਧੀਆ ਇਕੱਠੇ ਹੋਏ ਦਰਿਆ ਦੋਨੇ ਇਕੱਠੇ ਹੋਏ ਦਰਿਆ ਦੋਨੇ ਇਕੱਠੇ ਹੋਏ ਦਰਿਆ ਦੋਨੇ ਪਾਲੀ ਤੇ ਸੰਧੀਲੇ ਵਰਗੇ ਪਾਲੀ ਤੇ ਸੰਧੀਲੇ ਵਰਗੇ ਮੇਰੇ ਕੁੜੀ ਉਹ ਪਰਾ ਦੋਨੇ 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 ਤੂਰ ਸਾਹਿਬ 500 ਰੁਪਇਆ ਦੇ ਕੇ ਨੇ ਮੈਂ ਤੂਰ ਸਾਹਿਬ ਦਾ ਸੁਰਿੰਦਰ ਸ਼ਿੰਦਾ ਜੀ ਹੁਣਾਂ ਦਾ ਉਹਨੇ ਸਾਰੀ ਟੀਮ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਹੈ ਬਹੁਤ ਮਿਹਰਬਾਨੀ ਕਦੇ ਦੁੱਖ ਨਾ ਕਰੀਬ ਹੋਵੇ ਕਦੀ ਦੁੱਖ ਨਾ ਕਰੀਬ ਹੋਵੇ ਕਦੀ ਦੁੱਖ ਨਾ ਕਰੀਬ ਹੋਵੇ ਰਾਣੀਆਂ ਦੇ ਬਾਗ ਮਾਲਕਾ ਰਾਣੀਆਂ ਦੇ ਬਾਗ ਮਾਲਕਾ ਹਰ ਧੀ ਦਾ ਨਸੀਬ ਹੋਵੇ ਹਰ ਧੀ ਦਾ ਨਸੀਬ ਹੋਵੇ ਇਕੱਠੇ ਹੋਏ ਦਰਿਆ ਦੋਨੇ ਇਕੱਠੇ ਹੋਏ ਦਰਿਆ ਦੋਨੇ ਪਾਲੀ ਤੇ ਸੰਧੀਲੇ ਵਰਗੇ ਪਾਲੀ ਤੇ ਸੰਧੀਲੇ ਵਰਗੇ ਮੇਰੇ ਕੁੜੀਓ ਪਰਾ ਦੋਨੇ ਨੀ ਮੇਰੇ ਕੁੜੀਓ ਪਰਾ ਦੋਨੇ ਮੇਰੇ ਕੁੜੀਓ ਪਰਾ ਦੋਨੇ ਮੇਰੇ ਕੁੜੀਓ ਪਰਾ ਦੋਨੇ ਤਾੜੀ ਮਾਰ ਦਿਓ ਪਾਲੀ ਜੀ ਦੇ ਆਉਂਦੀਆਂ ਸ਼ਿੰਦਾ ਜੀ ਹੁਣਾਂ ਦਾ ਗੁਲਸ਼ਨ ਕੌਰ ਮੰਜੀ ਸਾਡੇ
ਤੋਰੀ ਦੇ ਮਟਕ ਨਾਲ ਚੰਦ ਦੀ ਚਮੇਸ਼ ਦੀ ਦੇ ਲਾਲ ਪਤੀ ਦਿੱਤਾ ਪੁੱਤ ਗਿਆ ਪੋਤੀ ਨੇ ਵੀ ਤੋੜ ਦਿੱਤੇ ਪਤੀ ਦਿੱਤਾ ਪੁੱਤ ਗਿਆ ਪੋਤੀ ਨੇ ਵੀ ਤੋੜ ਦਿੱਤੇ ਕੀਤੀ ਮਾਤਾ ਗੁਜਰੀ ਕਮਾਲ ਕੀਤੀ ਮਾਤਾ ਗੁਜਰੀ ਕਮਾਲ ਤਾਰੀਆਂ ਦੀ ਲੋਏ ਲੋਏ ਤੋਰੀ ਦੇ ਮਟਕ ਨਾਲ ਚੰਦ ਦਸ਼ਮੇਸ਼ ਦੀ ਦੇ ਲਾਲ ਪਤੀ ਦਿੱਤਾ ਪੋਤੀ ਗਿਆ ਪੋਤੀ ਰੇ ਵੀ ਤੋੜ ਦਿੱਤੇ ਕੀਤੀ ਮਾਤਾ ਗੁਜਰੀ ਕਮਾਲ ਕੀਤੀ ਮਾਤਾ ਗੁਜਰੀ ਕਮਾਲ ਸਾਡੀ ਵੱਡੀ ਭੈਣ ਸਤਿਕਾਰਯੋਗ ਭੈਣ ਜੀ ਗੁਰਮੇਲ ਕੌਰ ਜੀ ਪਿੱਛੇ ਬੈਠੇ ਨੇ, ਅਸੀਂ ਤੁਹਾਡੀ ਚੰਗੀ ਸਿਹਤ ਵਾਸਤੇ, ਤੁਹਾਡੇ ਸਾਰੇ ਪਰਿਵਾਰ ਵਾਸਤੇ, ਪੰਜਾਬ ਦੇ ਸਾਰੇ ਕਲਾਕਾਰ ਤੁਹਾਡੀ ਦੁਆ ਕਰਦੇ ਹਾਂ। ਇਹ ਪਰਿਵਾਰ ਹਮੇਸ਼ਾ ਚੜ੍ਹਦੀ ਕਲਾ 'ਚ ਰਹੇ, ਕਿਉਂਕਿ ਇਸ ਪਰਿਵਾਰ ਦਾ ਬਹੁਤ ਵੱਡਾ ਨਾਂ ਆ। ਭਾਵੇਂ ਇਹ ਉਸਤਾਦਾਂ ਦੀ ਦੁਆਵਾਂ ਨਾਲ, ਉਹਦੀ ਮਿਹਨਤ ਦੇ ਨਾਲ, ਲੋਕਾਂ ਦੇ ਪਿਆਰ ਦੇ ਨਾਲ ਬਹੁਤ ਵੱਡਾ ਪਰਿਵਾਰ ਆ, ਹਮੇਸ਼ਾ ਚੜ੍ਹਦੀ ਕਲਾ 'ਚ ਰਿਹਾ ਜੀ। ਧਰਤੀ ਵੀ ਸੋਚਦੀ ਸੀ ਪੱਟੀ ਦੇਸੀ ਪੈਰ ਜਦੋਂ ਧਰਤੀ ਵੀ ਸੋਚਦੀ ਸੀ ਚੁੰਮੀ ਜਾਵਾਂ ਪੈਰਾਂ ਦੀਆਂ ਤਲੀਆਂ ਨੂੰ ਲੋਚਦੀ ਚੁੰਮੀ ਜਾਵਾਂ ਪੈਰਾਂ ਦੀਆਂ ਤਲੀਆਂ ਨੂੰ ਲੋਚਦੀ ਟੁੱਟ ਟੁੱਟ ਤਾਰੇ ਪੈਂਦੇ ਅੰਬਰਾਂ ਤੋਂ ਧਰਤੀ 'ਤੇ ਟੁੱਟ ਟੁੱਟ ਤਾਰੇ ਪੈਂਦੇ ਅੰਬਰਾਂ ਤੋਂ ਧਰਤੀ 'ਤੇ ਰੋਸ਼ਨੀ ਸੀ ਜਾਂਦੀ ਨਾੜੋ ਨਾਲ ਪਤੀ ਦਿੱਤਾ ਪੁੱਤ ਗਿਆ ਪੋਤੀ ਰੇ ਵੀ ਤੋੜ ਦਿੱਤੇ ਕੀਤੀ ਮਾਤਾ ਗੁਜਰੀ ਕਮਾਲ ਕੀਤੀ ਮਾਤਾ ਗੁਜਰੀ ਕਮਾਲ ਸਾਡੇ ਸਰਦਾਰ ਮਲਕੀਤ ਸਿੰਘ ਦਾਖਾ ਸਾਹਿਬ ਦੇ ਛੋਟੇ ਵੀਰ ਜੋਗਿੰਦਰ ਜੀ ਬਹੁਤ ਸਾਰਾ ਨਾਮ ਦੇ ਗਏ ਨੇ, ਸਾਡੇ ਭਾਅ ਜੀ ਹੁਣੇ ਪਹਿਲਾਂ ਬਹੁਤ ਸਾਰਾ ਨਾਮ ਦੇ ਗਏ ਨੇ, ਸ਼ੁਕਰੀਆ ਬਹੁਤ ਬਹੁਤ। ਹੰਸਾਂ ਦੀਆਂ ਚੁੱਚਾਂ ਵਿੱਚੋਂ ਚੋਗ ਡਿੱਗੀ ਮੋਤੀਆਂ ਦੀ ਹੰਸਾਂ ਦੀਆਂ ਚੁੱਚਾਂ ਵਿੱਚੋਂ ਚੋਗ ਡਿੱਗੀ ਮੋਤੀਆਂ ਦੀ ਜਾਨ ਤੰਗ ਆ ਗਈ ਕੂੰਜਾ ਖੜੀਆਂ ਖੜੋਤੀਆਂ ਦੀ ਜਾਨ ਤੰਗ ਆ ਗਈ ਕੂੰਜਾ ਖੜੀਆਂ ਖੜੋਤੀਆਂ ਫੁੱਲ ਬੁੱਲਾਂ ਨੇ ਹੰਝੂ ਕੇਰੇ ਕਲੀਆਂ ਤੇ ਫੁੱਲਾਂ ਉੱਤੇ ਬਾਗ ਪੁੱਲੇ ਖੁਸ਼ੀ ਦਾ ਖਿਆਲ
ਪੋਤੀ ਦਿੱਤਾ ਪੋਤੀ ਗਿਆ ਪੋਤੀ ਰੇ ਵੀ ਤੋੜ ਦਿੱਤੇ ਕੀਤੀ ਮਾਤਾ ਗੁਜੀ ਦੀ ਕਮਾਲ ਕੀਤੀ ਮਾਤਾ ਗੁਜਰੀ ਕਮਾਲ ਸਾਡੇ ਮੈਂ ਸਰਦਨ ਸ਼ਿੰਦਾ ਜੀ ਨੂੰ ਬੇਨਤੀ ਕਰੂੰਗਾ ਵੀ ਉਸਤਾਦ ਜੀ ਇਹ ਲਾਈਨਾਂ ਸੁਣਿਓ ਵੀ ਇੱਕ ਧਾਰਮਿਕ ਗੀਤ ਦੇ ਵਿੱਚ ਕਿਸ ਤਰ੍ਹਾਂ ਗੀਤਕਾਰ ਨੇ ਨਿਭਾਈਆਂ ਨੇ ਦਲੇਰ ਬਹਿੰਦੀ ਸਾਡੇ ਦਲੇਰ ਸਾਹਿਬ ਸਾਡੇ ਵੀਰ ਬਹੁਤ ਸਾਰਾ ਪਿਆਰ ਦੇ ਕੇ ਨੇ ਬਹੁਤ ਵਧੀਆ ਦਲੇਰ ਪੰਜਾਬੀ ਦਾ ਬਹੁਤ ਬਹੁਤ ਤਾੜੀਆਂ ਮਾਰ ਦਿਓ ਇਹਨਾਂ ਦੇ ਬਹੁਤ ਤਾੜੀਆਂ ਮਾਰ ਦਿਓ ਮੈਂ ਬੇਨਤੀ ਕਰਦਾ ਵੀ ਧਾਰਮਿਕ ਗੀਤ ਦੇ ਵਿੱਚ ਇਹ ਗੀਤਕਾਰ ਕਿੱਦਾਂ ਨਿਭਦਾ ਮੈਂ ਮੌਲਵੀ ਸਾਹਿਬ ਨੂੰ ਦੇਖਾਂਗਾ ਤੁਹਾਡੇ ਵਾਸਤੇ ਬਹੁਤ ਬਹੁਤ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਕਹਿਦਾ ਵਕਤ ਸੀ ਸੁਹਾਗਣਾ ਮੋਦਾਣੀ ਪਾਈ ਧੜੀ ਕਹਿਦਾ ਵਕਤ ਸੀ ਸੁਹਾਗਣਾ ਮੋਦਾਣੀ ਪਾਈ ਸੁਣਿਆ ਜਾ ਵਾਕਿਆ ਸੀ ਸਾਰੀ ਕੰਬ ਗਈ ਖੁਦਾਈ ਸੁਣਿਆ ਜਾ ਵਾਕਿਆ ਸੀ ਸਾਰੀ ਕੰਬ ਗਈ ਖੁਦਾਈ ਸੋਰੀਆਂ ਦੇ ਘਰਾਂ ਵਿੱਚ ਨਾਰੀਆਂ ਸ਼ਕੀਨਣਾ ਦੇ ਸੋਰੀਆਂ ਦੇ ਘਰਾਂ ਵਿੱਚ ਨਾਰੀਆਂ ਸ਼ਕੀਨਣਾ ਹੱਥਾਂ ਵਿੱਚੋਂ ਡਿੱਗ ਪੈ ਰੋਮਾਰ ਪਤੀ ਦਿੱਤਾ ਪੋਤੀ ਗਿਆ ਪੋਤੀ ਰੇ ਵੀ ਤੋੜ ਦਿੱਤੇ ਕੀਤੀ ਮਾਤਾ ਗੁਜਰੀ ਕਮਾਲ ਕੀਤੀ ਮਾਤਾ ਗੁਜਰੀ ਕਮਾਲ ਆਉਂਦੇ ਵੱਡੇ ਵੀਰ ਬਹੁਤ ਸਾਰਾ ਨਾਮ ਦੇਖਦੇ ਸ਼ੁਕਰੀਆ ਲਾਸਟ ਲਾਈਨਾਂ ਮੋਹਾਲੀ ਸਾਹਿਬ ਦੀਆਂ ਲਾਸਟ ਲਾਈਨਾਂ ਕਹਿਣ ਲੱਗੇ ਆ ਉਸ ਵਕਤ ਸਾਡੇ ਬੇਟੀ ਦੇ ਸਾਰੇ ਪਰਿਵਾਰ ਤੋਂ ਸਾਰੇ ਤਸ਼ਰੀਫ ਲਿਆਏ ਨੇ ਤਾੜੀਆਂ ਮਾਰ ਦਿਓ ਜੀਆਂ ਕਹਿੰਦੇ ਆ ਸਾਰੇ ਕਲਾਕਾਰ ਵੱਲੋਂ ਰਾਜਦੀਪ ਜੀ ਹੁਣੀ ਤਸ਼ਰੀਫ ਲਿਆ ਰਾਜਦੀਪ ਸਿੰਘ ਸੋਹਰਾ ਸਾਹਿਬ ਉਹਨਾਂ ਦੇ ਸਾਡੇ ਸਰਕਾਰ ਜੋ ਰਿਸ਼ਤੇਦਾਰ ਆਏ ਨੇ ਸਾਰੇ ਜ਼ੋਰਦਾਰ ਤਾੜੀਆਂ ਮਾਰ ਦਿਓ ਜ਼ੋਰਦਾਰ ਤਾੜੀਆਂ ਮਾਲਵੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਜਿਹਨਾਂ ਦਾ ਗੀਤ ਆ ਸ਼ੁਕਰੀਆ ਲਾਸਟ ਲੈਣਾ ਕਹਿੰਦਾ ਸ਼ਾਮੇ ਸ਼ਾਮੇ ਤਾਰਿਆਂ ਦੀ ਅਜ਼ਲ ਵਿਚਾਰਿਆਂ ਦੀ ਸ਼ਾਮੇ ਸ਼ਾਮੇ ਤਾਰਿਆਂ ਦੀ ਅਜ਼ਲ ਵਿਚਾਰਿਆਂ ਦੀ ਮਾਲਵੀ ਜਲਾਦਾਮੂਰੇ ਜਾਂਦੀ ਜੋੜੀ ਪਿਆਰਿਆਂ ਦੀ ਮਾਲਵੀ ਜਲਾਦਾਮੂਰੇ ਜਾਂਦੀ ਜੋੜੀ ਪਿਆਰਿਆਂ ਦੀ ਪਹੁੰਚ ਗਏ ਕਚਹਿਰੀ ਬੱਚੇ ਦਾਦੀ ਖੜੀ ਵੇਖਦੀ ਪਹੁੰਚ ਗਏ ਕਚਹਿਰੀ ਬੱਚੇ ਦਾਦੀ ਮਾਤਾ ਵੇਖਦੀ ਫੁੱਲਾਂ ਵਾਂਗੂ ਟੈਕਦੇ ਸੀ ਨਾਲ ਪਤੀ ਦਿੱਤਾ
ਤੇ ਗਿਆ ਪੋਤੀ ਰੇ ਵੀ ਤੋੜ ਦਿੱਤੇ ਸੀਤੀ ਮਾਤਾ ਗੁਜਰੀ ਕਮਾਲ ਸੀਤੀ ਮਾਤਾ ਗੁਜਰੀ ਕਮਾਲ ਸੀਤੀ ਮਾਤਾ ਗੁਜਰੀ ਕਮਾਲ ਸੀਤੀ ਮਾਤਾ ਗੁਜਰੀ ਕਮਾਲ ਇੱਕ ਵਾਰੀ ਬਾਈ ਚਮਕੀਲਾ ਜੀ ਨਾਲ ਤਾੜੀਆਂ ਮਾਰ ਦਿਓ ਕਿਉਂਕਿ ਉਹਨਾਂ ਨੇ ਕੰਪੋਜੀਸ਼ਨ ਇਸ ਗੀਤ ਦੀ ਬਹੁਤ ਖੂਬਸੂਰਤ ਕੀਤੀ ਇਸ ਗੀਤ ਦੇ ਜਿਵੇਂ ਉਹਨਾਂ ਨੇ ਲਫ਼ਜ਼ ਲਿਖੇ ਉੱਦਾਂ ਹੀ ਉਹਨਾਂ ਨੇ ਨਿਭਾਇਆ ਊਰਜਾ ਸਾਹਿਬ ਨੇ ਉੱਦਾਂ ਹੀ ਮਿਊਜ਼ਿਕ ਦਿੱਤਾ ਇਹ ਬਾ ਕਮਾਲ ਗੀਤ ਬਣਿਆ ਤੁਸੀਂ ਜਿਹਨਾਂ ਨਹੀਂ ਕਦੇ ਸੁਣਿਆ ਬਹੁਤ ਚਿਰ ਹੋ ਗਿਆ ਦੁਬਾਰਾ ਨੂੰ ਸੁਣ ਕੇ ਦੇਖੋ ਅੱਜ ਵੀ ਬਿਲਕੁਲ ਨਵਾਂ ਊਸ਼ਾ ਕਰਨ ਭੈਣ ਜੀ ਉਹਨੇ ਤਸ਼ਰੀਫ ਲਏ ਨੇ ਮੈਂ ਤੁਹਾਨੂੰ ਜੀ ਯੋਗਾ ਵਾਲੇ ਡਰੈਸ ਦੇਖਦਾ ਰਹਿੰਦਾ ਮੈਂ ਭੁੱਲ ਜਾ ਚਿਰਾਂ ਬਾਅਦ ਦੇਖਿਆ ਕਿੱਕਰ ਜੀ ਇਹ ਅਸਲੀ ਆਹ ਦੋ ਜਿਵੇਂ ਸ਼ਿੰਦਾ ਜੀ ਦੇ ਸ਼ਿਗਰਨ ਚਮਕੀਲਾ ਓਰੀਜਨਲ ਆ ਇਹ ਦੋ ਓਰੀਜਨਲ ਚਮਕੀਲੇ ਦੇ ਸ਼ਿਗਰਨ ਨੇ ਜਿਹਨਾਂ ਨੂੰ ਮੈਂ ਦੇਖਿਆ ਜੀ ਦਫ਼ਤਰ ਸੇਵਾ ਕਰਦਿਆਂ ਨੇ ਜ਼ੋਰਦਾਰ ਤਾੜੀਆਂ ਮਾਰ ਦਿਉ ਕਿਉਂਕਿ ਬਹੁਤ ਸਾਰੇ ਕਲਾਕਾਰ ਉਹਨਾਂ ਦੇ ਹੋਰ ਆਸ਼ੀਰਵਾਦ ਲੈ ਕੇ ਬਹੁਤ ਉਹਨਾਂ ਦਾ ਨਾਂ ਵੱਡਾ ਕੀਤਾ ਪਰ ਇਹ ਜਿਹਨਾਂ ਨੇ ਬਚਪਨ 'ਚ ਉਹਦੀ ਸੇਵਾ ਕੀਤੀ ਥੋੜ੍ਹੀ ਬਹੁਤੀ ਸੇਵਾ ਮੇਰੀ ਵੀ ਕਰਦੇ ਰਹੇ ਉਹਦੇ ਨਾਲ ਮੈਂ ਇਹਨਾਂ ਦਾ ਸ਼ੁਕਰਗੁਜ਼ਾਰ ਹਾਂ ਅਮਨ ਦੇ ਸੁਖਵਿੰਦਰ ਗੋਰਾ ਜੀ ਹੈ ਤਾਂ ਮੇਰੇ ਜਿਹਨੇ ਕਾਲਾ ਨਹੀਂ ਨਹੀਂ ਇੱਕ ਵਾਰੀ ਇਹਨੇ ਮੇਰੀ ਜ਼ਿਆਦਾ ਸੇਵਾ ਕੀਤੀ ਪੁੱਤ ਕੋਈ ਗੱਲ ਨਹੀਂ ਕਿਤੇ ਮੈਂ ਵੀ ਤੁਹਾਡੀ ਕਰੂੰਗਾ ਸਕੂਟਰ ਇਹਨਾਂ ਨੇ ਤੋੜਿਆ ਨਾ ਮੇਰਾ ਨਾਲ ਲਾਤਾ ਅੱਛਾ ਅੱਛਾ ਮੈਂ ਜੀ ਇੱਕ ਸਾਡੇ ਬਹੁਤ ਖੁਸ਼ੀ ਦੀ ਗੱਲ ਆ ਸਾਡੇ ਕੁੜਮ ਸਾਹਿਬ ਬਾਈ ਅਮਰ ਸਿੰਘ ਚਮਕੀਲਾ ਜੀ ਦੇ ਸਾਡੀ ਹੁਣੇ ਬੇਟੀ ਦਾ ਮੈਰਿਜ ਹੋਈ ਆ ਉਸ ਬੇਟੇ ਦੇ ਫਾਦਰ ਸਾਹਿਬ ਤਸ਼ਰੀਫ ਲਿਆਏ ਨੇ ਜ਼ੋਰਦਾਰ ਤਾੜੀਆਂ ਇਹਨਾਂ ਵਾਸਤੇ ਜ਼ੋਰਦਾਰ ਤਾੜੀਆਂ ਕਿਉਂਕਿ ਇਹ ਬਹੁਤ ਵਧੀਆ ਵੱਡੇ ਪਰਿਵਾਰ ਦੇ ਨਾਲ ਇਹਨਾਂ ਦਾ ਰਿਸ਼ਤਾ ਹੋਇਆ ਸੱਚੇ ਪਾਤਸ਼ਾਹ ਇਹਨਾਂ ਦਾ ਨੌਂ ਵੱਡਾ ਇਹਨਾਂ ਦਾ ਖਾਨਦਾਨ ਓਡਾ ਵੱਡਾ ਹੋਵੇ ਓਡਾ ਸਤਿਕਾਰ ਹੋਵੇ ਸਾਡੇ ਪੰਜਾਬ ਦੇ ਕਲਾਕਾਰਾਂ ਦੇ ਤੁਸੀਂ ਸਾਰੇ ਕਲਾਕਾਰਾਂ ਦੇ ਰਿਸ਼ਤੇਦਾਰ ਹੋ ਇਕੱਲੇ ਚਮਕੀਲਾ ਸਾਹਿਬ ਦੇ ਨਹੀਂ 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 ਮੈਂ ਹੀ ਪਾਊਂਗਾ ਯਾਰ ਕੁੜਮਾ ਥੋੜ੍ਹਾ ਪਵਾਈ ਦਾ ਹੁੰਦਾ ਨਾਲੇ ਸਾਡੀ ਕੁੜੀ ਵਿਆਹੀ ਹੋ ਸਾਡਾ ਕਿਹੜਾ ਮੁੰਡਾ ਵਿਆਹਿਆ ਉੱਧਰ ਉਹ ਕੋਈ ਗੱਲ ਨਹੀਂ ਪਹਿਲਾਂ ਮੈਨੂੰ ਕਰ ਦਿਓ ਯਾਰ ਮੈਂ ਆਓ ਜੀ ਇੱਧਰ ਜਰਾ ਪਾਲੀ ਜੀ ਇੱਕ ਵਾਰ ਤਾੜੀ ਮਾਰਦੇ ਬਾਜੀ ਜ਼ੋਰ ਦੀ ਸਾਡੇ ਕੁੜਮ ਸਾਹਿਬ ਉਹਨਾਂ ਦਾ ਸੰਦੀਲਾ ਬਾਜ ਦਾ ਕਹਿੰਦੇ ਸਨਮਾਨ ਕਰਨਾ ਸੀ ਉਹ ਕਹਿੰਦੇ ਪਹਿਲਾਂ ਮੈਂ ਇਹਨਾਂ ਦਾ ਕਰਨਾ ਬਾਅਦ 'ਚ ਉਹ ਕਰਦਾ ਠੀਕ ਹੈ ਜੀ ਠੀਕ ਹੈ ਬਹੁਤ ਮਿਹਰਬਾਨੀ ਸ਼ੁਕਰੀਆ ਸਾਡੇ ਮਾਣ ਨੇ ਬਾਜੀ ਬੜੇ ਸਤਿਕਾਰਯੋਗ ਨੇ ਬਹੁਤ ਮਿਹਰਬਾਨੀ ਥੈਂਕ ਯੂ ਜੀ